ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਜਨਾਬ, ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਜਨਾਬ ਵੀਰਾਂ ਵਾਸਤੇ ਅੱਛੇ ਤੇ ਖੂਬਸੂਰਤ ਮੈਰਿਜ ਜਨਵਾ ਦੀ ਵੀਡੀਓ ਲੈ ਕੇ ਆ ਰਹਾ ਹਾਂ। ਇਸੇ ਤਰ੍ਹਾਂ ਰੋਜ਼ ਦੀ ਨਿਸਬਤ ਅੱਜ ਫਿਰ ਜਨਾਬ ਇੱਕ ਲਾਜਵਾਬ ਹੀਰਾ, ਅਨਮੋਲ ਹੀਰਾ ਵੀਰਾ ਦੋਸਤਾਂ ਦੀ ਖਿਦਮਤ ਵਿੱਚ ਲੈ ਕੇ ਆ ਰਹਾ ਹਾਂ। ਉਮੀਦ ਕਰਾਂਗੇ ਵੀਰਾ ਦੋਸਤਾਂ ਨੂੰ ਪਹਿਲੀ ਤਰ੍ਹਾਂ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਕਿ ਤੁਹਾਨੂੰ ਜਨਵਾ ਦੀ ਤਸੱਲੀਆਂ ਕਰਾਈਏ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੀ ਹਰ ਨਈ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ ਵੀਡੀਓ ਦੋਸਤਾਂ ਤੱਕ ਪਹੁੰਚਣ। ਜਨਾਬ, ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਐਡੀ ਕੱਦ ਕਾਠ ਵਾਲੀ, ਐਡੀ ਨਸਲ ਦਾਤਲ ਵੈੜ, ਇਨਸ਼ਾਅੱਲਾ ਵਲੈਤ ਜਿਹੜੀ ਲੰਮੀ ਤੇ ਵਲੈਤ ਲੰਮਾ ਕੱਦ ਬਹੁਤ ਹੀ ਘੱਟ ਜਾਨਵਰਾਂ ਦਾ ਤੁਸੀਂ ਵੇਖਿਆ ਹੋਣਾ ਜਨਾਬ ਕੈਮਰੇ ਦੀ ਅੱਖ ਦੇ ਸਾਹਮਣੇ। ਕੋਈ ਦੋ ਰਾਏ ਨਹੀਂ, ਕੋਈ ਜ਼ੂਮ ਨਹੀਂ ਕੀਤਾ ਜਨਾਬ, ਓਰੀਜਨਲ ਹਾਈਡ ਜਾਨਵਰ ਦੀ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਹੈ। ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਕਰਵਾ ਰਿਹਾ, ਇਹਦੀ ਹਾਈਟ ਚੈੱਕ ਕਰਾਓ, ਪਿੱਛੋਂ ਪਹਿਲਾਂ ਦੂਰ ਤੋਂ ਰੋਕ ਇੱਕ ਮਿੰਟ ਯਾਰ, ਇਹਨੂੰ ਇਹਦੀ ਹਾਈਟ ਚੈੱਕ ਕਰਾਉਣੀ ਪਹਿਲਾਂ ਇੱਥੇ ਰੱਖੀ ਕਹਿੰਦਾ। ਲੋਕੀ ਕਹਿੰਦੇ ਨੇ ਕਿ ਬੰਦੇ ਦੇ ਮੱਥੇ ਜਿੰਨੀ ਹਾਈਟ, ਤੇ ਜਨਾਬ ਤੁਸੀਂ ਵੇਖ ਸਕਦੇ ਜੇ ਮੈਂ ਆਪੋਜ਼ਿਟ ਸਾਈਡ ਤੇ ਰਹਿਰ ਤੇ ਖੜਾ ਹੈ, ਤੇ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਸਕਦਾ ਕਿ ਮੈਂ ਦੂਸਰੀ ਸਾਈਡ ਤੇ ਖੜਾ, ਨਜ਼ਰ ਨਹੀਂ ਆ ਰਿਹਾ। ਇਹਨੂੰ ਆਉਂਦੇ ਨੇ ਬੰਦੇ ਦੇ ਮੱਥੇ ਜਿੰਨੀ ਹਾਈਟ, ਓਰੀਜਨਲ ਹਾਈਟ ਜਾਨਵਰ ਦੀ ਮਾਸ਼ਾਅੱਲਾ। ਜਿਹੜਾ ਜਨਾਬ ਥਣ ਦੀ ਤੁਸੀਂ ਵੰਡਾ ਚੈੱਕ ਕਰਨੀ ਹੈ ਜਨਾਬ, ਮੁੱਠ ਪਰ ਥਣ ਪਾਵਰ ਵਾਲਾ ਤੇ ਮਰਲੇ ਮਰਲੇ ਦੀ ਵੰਡ, ਇਨਸ਼ਾਅੱਲਾ ਦੇ ਫਜ਼ਲ ਨਾਲ ਐਸੇ ਅਨਮੋਲ ਹੀਰੇ ਤੁਹਾਨੂੰ ਹਮੇਸ਼ਾ ਤੁਹਾਡਾ ਵੀਰ ਮੇਰਾ ਸਾਹੀਵਾਲ ਟੀਵੀ ਤੇ ਲੈ ਕੇ ਆਉਂਦਾ ਹੈ ਤੇ ਹਾਜ਼ਰ ਹੁੰਦਾ ਹੈ। ਇਨਸ਼ਾਅੱਲਾ ਸਾਡੀਆਂ ਮਿਹਨਤਾਂ ਕਾਫਸ਼ਾਂ ਹਮੇਸ਼ਾ ਵੀਰਾਂ ਦੋਸਤਾਂ ਵਾਸਤੇ ਹੁੰਦੀਆਂ ਰਹਿਣਗੀਆਂ। ਹਾਥੀ ਤਰ੍ਹਾਂ ਸਮਝਿਆ ਜਾਨਵਰ ਤੇ ਕੱਦ ਕਾਠ ਪੂਰਾ ਮਾਸ਼ਾਅੱਲਾ। ਹਵਾਨੇ ਦੀ ਜਿਹੜੀ ਵੰਡ ਹੈ ਉਹ ਵੀ ਵੀਰਾਂ ਦੋਸਤਾਂ ਦੇ ਸਾਹਮਣੇ ਜਨਾਬ, ਹਾੜਾਂ ਵਾਲਾ ਹਵਾਨਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਵਾਲਾ ਲਿਵੈਰ ਚ ਦੁੱਧ ਦੇਣ ਵਾਲਾ ਜਾਨਵਰ ਇਨਸ਼ਾਅੱਲਾ ਇੱਕ ਡੇਰੀ ਦੇ ਵਿੱਚ ਖੜੀ ਹੈ। ਬਾਕੀ ਸਭ ਜਿਹੜੀ ਡਿਟੇਲ ਹੈ ਆਪਾਂ ਲੈ ਲਾਂਗੇ ਮਾਲਕਾਂ ਤੋਂ, ਕਿੰਨੇ ਦਿਨਾਂ ਦੀ ਸੂਈ ਹੈ, ਦੁੱਧ ਕਿੰਨਾ ਹਾਜ਼ਰ ਮੌਕੇ, ਉਹ ਜਿਹੜੀ ਸਾਰੀਆਂ ਤਸੱਲੀਆਂ ਉਹ ਆਪਾਂ ਮਾਲਕਾਂ ਤੋਂ ਗਰੰਟੀ ਲੈ ਲਾਂਗੇ। ਸਾਡਾ ਕੰਮ ਹੈ ਤਸੱਲੀਆਂ ਕਰਾਉਣਾ ਤੇ ਤੁਸੀਂ ਕਰਨੀਆਂ ਤਸੱਲੀਆਂ। ਮੂੰਹ ਚੱਕ ਰਵੀ, ਮੂੰਹ ਖੋਲ ਯਾਰ। ਓਰੀਜਨਲ ਜਨਾਬ ਸਿਰੋ ਮੋਨੀ ਜੇ ਤੇ ਅੱਲਾ ਦੇ ਫਜ਼ਲ ਨਾਲ ਤੁਹਾਨੂੰ ਹਰ ਕੰਮ ਦੀ ਤਸੱਲੀ ਕਰਾਵਾਂਗੇ। ਤਾਂ ਵੀ ਮੇਰੇ ਵੀ ਦੋਸਤ ਦੇਖ ਸਕਦੇ ਨੇ, ਠੀਕ ਹੈ ਛਿੱਗੀ ਸਿੰਘ ਦਾ ਨਿਸ਼ਾਨ ਕੋਈ ਨਹੀਂ ਗਾ ਬਿਲਕੁਲ ਵੀ। ਓਰੀਜਨਲ ਸਿਰੋ ਮੋਨੀ ਜਨਾਬ, ਚੱਪਾ ਚੱਪਾ ਕੰਨ ਤੇ ਦੋ ਦੋ ਇੰਚੀ ਪਸ਼ਮ। ਇਨਸ਼ਾਅੱਲਾ ਉਮੀਦ ਹੈ ਕਿ ਵੀਰਾਂ ਦੋਸਤਾਂ ਨੂੰ ਜਨਾਬ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏਗੀ। ਜਿਵੇਂ ਪਹਿਲੇ ਲੋਕ ਵੀਰ ਸਾਡੇ ਜਨਾਬ ਸਾਡੇ ਨਾਲ ਤਾਵਨ ਕਰਦੇ ਨੇ, ਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਲਾਜ਼ਮੀ ਦਿਆ ਕਰੋ। ਮੈਂ ਤਾਂ ਦੱਸ ਤੁਸੀਂ ਵੈਟ ਦੀ ਖੁਦ ਚੈੱਕ ਕਰਨੀ ਹੈ। ਜਿੰਨੇ ਵੀ ਫਾਰਮਰ ਵੀਰ ਦੋਸਤ ਜਾਨਵਰਾਂ ਨੂੰ ਸਮਝਣ ਵਾਲੇ ਉਹ ਸਮਝ ਗਏ ਹੋਣੇ ਕਿ ਵਾਕਈ ਇਹ ਅਨਮੋਲ ਹੀਰਾ ਹੈ, ਜਿਹਨਾਂ ਵਾਕਈ ਬ੍ਰਾਂਡ ਹੈ। ਸਾਡਾ ਕੰਮ ਤਸੱਲੀਆਂ ਕਰਾਉਣਾ, ਲੈਣੇ ਦੇਣੇ ਜਿਹੜੇ ਹਰ ਰੋਜ਼ ਤੇਰਾ ਨਸੀਬ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਤਰਜੀਹ ਰਹੀ ਹੈ, ਸਾਡੀ ਅਵਲੀਨ ਜਿਹੜੀ ਤਰਜੀਹ ਹੈ ਕਿ ਜਾਨਵਰ ਸੋਲਾ ਨੇ ਸਾਫ਼ ਸੁਥਰਾ ਤੇ ਕੁਆਲਿਟੀ ਵੱਲੋਂ ਪੂਰਾ ਹੋਵੇ, ਦੁੱਧ ਦੇਣ ਵਾਲਾ ਜਾਨਵਰ ਹੋਵੇ ਤੇ ਕੀਮਤ ਵੀ ਮੁਨਾਸਬ ਹੋਵੇ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਜ ਜਿਹੜੇ ਮੁੱਲ ਹੋਣਗੇ ਉਹ ਵੀ ਮੁਹੱਬਤ ਵਾਲੇ ਹੋਣਗੇ ਤੇ ਜਾਨਵਰ ਦੀ ਕੋਈ ਕਮੀ ਕੋਈ ਕੁਤਾਹੀ ਨਹੀਂ। ਜਨਾਬ ਸੋਲਾ ਨੇ ਜਾਨਵਰ ਹੈ, ਜਾਨਵਰ ਦੀ ਜਨਾਬ ਵੀਰਾਂ ਦੋਸਤਾਂ ਨੇ ਕੀਤੀ ਹੈ ਤਸੱਲੀ। ਬਾਕੀ ਜਿਹੜੀ ਡਿਟੇਲ ਹੈ ਸਾਰੀ ਜਨਾਬ ਵੀਰਾਂ ਦੋਸਤਾਂ ਨੂੰ ਲੈ ਕੇ ਦੇਣੇ ਮਾਲਕਾਂ ਤੋਂ, ਸਾਰਾ ਉਹ ਇਸ ਪਾਸੇ ਆ ਗਿਆ ਜੀ। ਅਸਲਾਮ ਵਾਲੇਕਮ ਜਨਾਬ। ਵਾਲੇਕਮ ਅਸਲਾਮ ਸਰ, ਕੀ ਹਾਲ ਚਾਲ? ਅੱਲਾ ਦਾ ਸ਼ੁਕਰ ਜੀ। ਤਬੀਤਾਂ ਸਿਹਤਾਂ? ਬਿਲਕੁਲ ਮਾਸ਼ਾਅੱਲਾ ਬਿਲਕੁਲ ਠੀਕ ਠਾਕ। ਨੀਤਾਂ ਤਾਂ ਠੀਕ ਹੋਣੀਆਂ? ਬਿਲਕੁਲ, ਰੱਬ ਦੀ ਰਹਿਮਤ ਹੈ। ਅੱਛਾ ਜੀ, ਜਾਨਵਰ ਨੰਬਰ ਜਿਹੜਾ ਆਪਣਾ ਇੱਕ ਜਿਹੜਾ ਵਿਖਾਇਆ ਜਿਹੜਾ ਜਾਨਵਰ, ਇਹ ਪਹਿਲਾਂ ਇਹ ਦੱਸਣਾ ਹੈ ਵੀ ਕਿੰਨੇ ਦਿਨਾਂ ਦਾ ਸੋਇਆ, ਕਿੰਨੇ ਮਹੀਨਿਆਂ ਦਾ? ਗੱਲ ਕਰਨੀਆਂ ਖਰੀਆਂ ਤਾਂ 16 ਨੇ ਤਾਂ ਸੱਚੀਆਂ ਜੀ? ਬਿਲਕੁਲ ਮਾਸ਼ਾਅੱਲਾ ਜੀ, ਬਿਲਕੁਲ ਪੱਕੀਆਂ ਤੇ ਸੱਚੀਆਂ ਗੱਲਾਂ ਕਰਾਂਗੇ ਜੀ। ਜੀ, 2 ਮਹੀਨੇ ਦੀ ਸਾਡੀ ਗਾਂ ਸੂਈ ਹੋਈ ਹੈ ਜੀ। 2 ਮਹੀਨੇ ਕਨਫਰਮ ਜੀ? 2 ਮਹੀਨੇ ਕਨਫਰਮ ਹੋਏ ਨੇ, ਬੱਚਾ ਇਹਦਾ ਮਰ ਗਈ ਹੈ ਜੀ। ਸਾਡੀ ਫਾਰਮ ਦੀ ਗਾਂ ਹੈ, ਬਹੁਤ ਹੀ ਅੱਛੀ ਗਾਂ ਔਰ ਕੁਆਲਿਟੀ ਵਾਲੀ ਗਾਂ ਹੈ। ਕਿੰਨਵਾਂ ਸੂਆ ਨੇ ਸੂਈ? ਇਹ 2 ਸੂਆ ਸੂਈ ਹੈ ਜੀ ਸਾਡੀ। ਪਹਿਲੇ ਸੂਏ ਨਾਲ ਕਿੰਨਾ ਦੁੱਧ ਕਰਦੀ ਸੀ? ਪਹਿਲੇ ਸੂਏ ਜੀ ਇਹਦੀ ਵੱਛੀ 8 ਹੈਗੀ ਸੀ,
ਸਾਡੇ ਕੋਲ 30 ਤੋਂ 35 ਲੀਟਰ ਕਰਦੀ ਰਹੀ, ਹੁਣ ਇਹਦਾ ਬੱਚਾ ਟਾਈਮ ਚੁਆਈ ਕਰਦੇ ਜੀ ਕਿ ਦੋ ਟਾਈਮ ਚੁਆਈ ਕਰਦੇ ਨੇ, 30-35 ਲੀਟਰ ਕਰਦੇ ਰਹੀ ਜੀ ਕਰਦੀ, ਗਰੰਟੀ ਨਾਲ। ਅੱਛਾ 2 ਮਹੀਨੇ ਦੀ ਸੂਈ ਹੈ ਜੀ, 2 ਮਹੀਨੇ ਬੱਚਾ ਮਰ ਗਿਆ, ਬੱਚਾ ਮਰ ਗਿਆ। ਇਸ ਟਾਈਮ ਹਾਜ਼ਰ ਮੌਕੇ ਦੁੱਧ ਕਿੰਨਾ ਹੈ ਇਹਦਾ? ਇਸ ਟਾਈਮ ਜੀ ਹਾਜ਼ਰ ਮੌਕੇ ਸਾਡੇ ਕੋਲ ਪੱਠਿਆਂ ਦੀ ਵੀ ਕੰਡੀਸ਼ਨ ਬਹੁਤ ਘੱਟ ਹੈ ਜੀ, ਪੱਠੇ ਪੁੱਠੇ ਬਿਲਕੁਲ ਖਤਮ ਹੋ ਗਏ ਜੀ। ਸਹੀ ਹੋ ਗਿਆ, ਸਾਡੇ ਕੋਲ ਇਸ ਟਾਈਮ ਵੀ ਗਾਂ ਸਾਡੀ 20 ਲੀਟਰ ਪੱਕਾ ਠੋਕ ਤੇ ਦੁੱਧ ਦੇ ਰਹੀ ਹੈ। ਕੋਈ ਗੜਵੀਆਂ ਮਾਰੇ ਕਿਵੇਂ, ਕੋਈ ਮਰਜ਼ੀ ਮਾਰੇ ਜੀ, ਇਹਨਾਂ ਦੇ 20 ਦੀ ਤੁਸੀਂ ਗੱਲ ਕਰਦੇ ਵੀ ਦੁੱਧ ਹੋਵੇ 14 ਲੀਟਰ, ਮੈਂ ਆਣਾ ਜੀ ਕਿਉਂ ਹੋਵੇ ਜੀ, 20 ਲੀਟਰ ਦੀ ਆਵਾਜ਼ ਹੈ ਜੀ। ਸਾਡੀ ਗਾਂ ਹੀ ਵੇਖੋ ਕਿੱਡੀ ਤਕੜੀ, ਤਾਂ ਗਾਂ ਕਦਾਈ ਦੀ ਕਦਾਈ ਜਾਵਣ ਵਾਲੀ ਹੈ। ਠੀਕ ਹੋ ਗਿਆ, ਦੁੱਧ ਪੱਕਾ 20 ਲੀਟਰ, 20 ਲੀਟਰ ਪੱਕਾ, ਨਹੀਂ ਤਾਂ ਆਪਾਂ 18 ਕਰ ਲੈਣੇ, 17 ਕਰ ਲੈਣੇ, ਨਹੀਂ ਪੂਰਾ 20 ਠੋਕੇ, 20 ਠੋਕੇਗੇ, ਦੋ ਟਾਈਮ ਠੋਕੇ, ਜਿੰਨੇ ਟਾਈਮ ਕਿਸਾ ਦਿਲ ਕਰੇ ਚੋਵੇ, ਜਿੰਨੇ ਟਾਈਮ ਮਰਜ਼ੀ। ਠੀਕ ਹੋ ਗਿਆ, ਇਹਦਾ ਮੁਹੱਬਤ ਵਾਲਾ ਮੁੱਲ ਕੀ ਜਿਹੜਾ ਆਪਾਂ ਲੈਣਾ ਹੈ? ਇਹਦਾ ਮੁਹੱਬਤ ਵਾਲਾ ਮੁੱਲ ਜੀ ਪੂਰਾ 4 ਲੱਖ ਰੁਪਈਆ। ਨਹੀਂ ਯਾਰ, 4 ਨਹੀਂ, ਕੋਈ ਜਾਇਜ਼ ਕਰ, ਕੋਈ ਲੈਣ ਦੇ ਨਾਲ ਹੀ ਗੱਲ ਕਰ, 19-20 ਤਾਂ ਹੋ ਸਕਦਾ, ਲੇਕਿਨ ਮੁੱਲ ਇਹਦਾ 4 ਲੱਖ ਹੈ ਜੀ। ਸਾਡੀ ਗਾਂ ਅਗਰ ਹੇਠ ਇਹਦੀ ਜਿਵੇਂ ਸੂਈ ਹੈ ਹੇਠ ਬੱਚਾ, ਸਾਡੀ ਗਾਂ ਹੀ 8 ਲੱਖ ਦੀ ਹੈ ਜੀ। ਠੀਕ ਹੋ ਗਿਆ, ਹਾਂਜੀ, 4 ਲੱਖ 'ਚ ਕੋਈ ਪਿਆਰ ਮੁਹੱਬਤ ਕੋਈ ਗੁੰਜਾਇਸ਼ ਹੋਵੇ? 19-20 ਹੋ ਸਕਦਾ ਜੀ, ਜਦੋਂ 3-3-40 ਹੋ ਸਕਦਾ, ਨਹੀਂ ਇੰਨਾ ਨਹੀਂ ਹੋ ਸਕਦਾ, ਕਿੰਨਾ ਹੋ ਸਕਦਾ, 19-20 ਹੋਵੇਗਾ, 19-21 ਹੋਵੇਗਾ, 19-20 ਹੋਵੇਗਾ, 19-21 ਨਹੀਂ ਹੋਵੇਗਾ, 19-21। ਬਾਕੀ ਛੱਟੇ ਦੀ ਫੁਹਾਰ ਦੀ ਗਿਲਟੀ, ਹਰ ਚੀਜ਼ ਦੀ ਗਰੰਟੀ ਦੇਵਾਂਗੇ ਜੀ, ਨਾ ਛੱਟਾ ਨਾ ਫੁਹਾਰ, ਅਸੀਂ ਟਕਾ ਟਕ ਵਿੱਚ ਹੀ ਮੋਹਰਾਂ ਲਾ ਦੇਵਾਂਗੇ। ਸਰਦਾਰ ਸਾਹਿਬ ਜੀ ਗੱਲਾਂ ਸੁਣ ਲਈਆਂ ਸਾਡੀਆਂ, ਫਾਰਮ ਦੇ ਇਨਸ਼ਾਅੱਲਾ ਤਾਲਾ ਇਹੋ ਰਿਜ਼ਲਟ ਹਨ, ਅਸੀਂ ਹੱਕ ਲਾਲ ਦਾ ਰਿਜ਼ਕ ਕਮਾਨੇ ਔਰ ਤੁਨ ਕੇ ਕਮਾਨੇ। ਮਾਸ਼ਾਅੱਲਾ ਜ਼ਬਰਦਸਤ, 4 ਲੱਖ ਰੁਪਏ ਡਿਮਾਂਡ ਕੀਤੀ, ਕੋਈ ਵੀ ਵੀਰ ਦੋਸਤ ਜਨਾਬ ਮੌਕੇ ਤੇ ਆਦਾ ਪਿਆਰ ਮੁਹੱਬਤ ਕਰਾਵਾਂਗੇ ਜਿਵੇਂ ਪਹਿਲੇ ਕਰਾਇਆ ਸੀ। ਅਗਰ ਤੁਸੀਂ ਕੋਈ ਵੀ ਸਾਡਾ ਹੈ ਜਾਨਵਰ ਲੈਣਾ ਚਾਹੁੰਦਾ, ਸਾਡਾ ਵਟਸਐਪ ਤੇ ਰਾਬਤਾ ਨੰਬਰ ਨੋਟ ਕਰੋ, 0322-7087-633, ਫਿਰ ਨੋਟ ਕਰੋ, 0322-7087-633, ਇਹ ਜਨਾਬ ਸਾਡਾ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ। ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਆਪਣੇ ਮੇਜ਼ਬਾਨ ਸਾਜ ਵੇਖ ਲਓ, ਜਾਂ ਰੱਬ ਰੱਖੋ।